ਇਹਦੇ ਬਾਰੇ ਦਿਓ ਜਾਣਕਾਰੀ ਵੀ ਕੀ ਸੀ ਪੂਰਾ ਮਾਮਲਾ। ਮਾਮਲਾ ਇਹ ਆ ਜੀ, ਅਸੀਂ ਨਕਲ ਆਇਆ ਨਕਲੀ ਸੀਗੇ ਸ਼ਕਤੀਪੁਰ ਸਾਹਿਬ ਦੇ ਨਸ਼ੇ ਤਸਕਰਾਂ ਦੇ ਸੰਬੰਧ ਵਿੱਚ ਖੜੇ ਸੀਗੇ ਸ਼ਹੀਦ ਕਰਨੈਲ ਸਿੰਘ ਕੱਟ ਡੁੱਬੀ ਰੋਡ ਲੁਧਿਆਣੇ 'ਤੇ। ਉੱਥੇ ASI ਮਾਮ ਸਦੀਕ ਨੂੰ ਮੁਕਬਰ ਖਾਸ ਨੇ ਤਲਾਹ ਦਿੱਤੀ, ਜਿਨ੍ਹਾਂ ਨੇ ਮੇਰੇ ਕੋਲ ਬਿਆਨ ਲਿਖਾਇਆ, ਅਲੱਗ ਬਿਆਨ ਲਿਖ ਕੇ ਪਰਚਾ ਦਰਜ ਕਰਿਆ। ਉਹਤੋਂ ਬਾਅਦ ਨਿਗਰਾਨੀ ਦਰਾਨੇ ਨਿਗਰਾਨੀ ਦੋ ਵਿਅਕਤੀ ਅਸੀਂ ਮਤਲਬ ਗ੍ਰਿਫਤਾਰ ਕਰੇ ਨੇ, ਜਿਨ੍ਹਾਂ ਦੀ ਗੱਡੀ ਵਿੱਚੋਂ 530 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਸਰ ਕੀ ਇਹਨਾਂ 'ਤੇ ਕਾਰਵਾਈ ਕਰ ਰਹੇ ਤੁਸੀਂ? ਇਹਨਾਂ 'ਤੇ ਪਰਚਾ ਦਰਜ ਕਰਤਾ ਜੀ, ਮੁਕੱਦਮਾ ਨੰਬਰ 95, ਜੁਰਮ ਹੈਗਾ 1138/85 NDPS@PS/STF ਮੋਹਾਲੀ, ਮੁਕੱਦਮਾ ਦਰਜ ਕਰ ਲਿਆ ਜੀ। ਦਰਜ ਕਰਕੇ ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਸਰ ਕਿੰਨੀ ਦੇਰ ਤੋਂ ਕੰਮ ਕਰ ਰਹੇ ਇਹ? ਕਰੀਬ 2-3 ਸਾਲਾਂ ਤੋਂ ਕੰਮ ਕਰਦੇ ਨੇ। ਖੁਦ ਵੀ ਨਸ਼ੇ ਦੇ ਆਦੀ ਨੇ? ਖੁਦ ਵੀ ਨਸ਼ੇ ਦੇ ਆਦੀ ਹੈ ਇੱਕ ਬੰਦਾ, ਅਤੇ ਬੰਦੇ 3 ਨੇ ਇਹ, ਇੱਕ ਫਰਾਰ ਹੈ ਇਹਨਾਂ ਵਿੱਚੋਂ ਅਨੂਪ ਸਿੰਘ। ਸਰ ਇਹ ਕਿੱਥੋਂ ਲਿਆਉਂਦੇ ਸੀਗੇ ਅਤੇ ਕਿੱਥੇ ਵੇਚਦੇ ਸੀਗੇ? ਇਹ ਸਰ ਜੀ ਇਹ ਨਵੀਂ ਦਿੱਲੀ ਤੋਂ ਜਿਹੜੇ ਹੈਗੇ ਲੀਕਰੋ ਵਿਅਕਤੀ ਉਹਨਾਂ ਘਰੋਂ ਲੈ ਕੇ ਆਉਂਦੇ ਸੀ ਦਿੱਲੀ ਤੋਂ, ਅਤੇ ਇੱਥੇ ਮਤਲਬ ਤੁਰ ਕਰਕੇ ਲੋਕਾਂ ਨੂੰ ਵੇਚ ਦਿੰਦੇ ਸੀ।